Khalsa Aid Camp at the Singhu border, which has been set up by this international NGO for making the lives of the protesting farmers easier. They are offering foot massages to the protesters, and also they have every essential item from toothbrush to toothpaste and hair oil. So you name it and you have it here. And now we are going to talk to a volunteer here. So you have come here for how many days? I have been here for about 16 days. And I have been here for a long time. I have started the base. I have started the 26th tarikh. And the 26th tarikh was starting the base. It was tea, water, pakode, langar, etc. But 3-4 days later, I have seen that there are many places where already started the langar. ਔਰ ਲੰਗਰ ਜਾਂ ਚਾਹ ਦੀ ਇੰਨੀ ਜ਼ਿਆਦਾ ਨੀਡ ਸਾਨੂੰ ਨਹੀਂ ਲੱਗੀ ਫਿਰ ਅਸੀਂ ਦੇਖਿਆ ਕਿਸਾਨਾਂ ਦੀਆਂ ਜਿਹੜੀਆਂ ਕਹਿ ਲਓ ਇਸੈਂਸ਼ੀਅਲ ਨੀਡਸ ਹੈਗੀਆਂ ਜਿਹਦੇ 'ਚ ਕਹਿ ਸਕਦੇ ਹਾਂ ਆਪਾਂ ਟੋਵਲ ਬਨਿਆਨ ਅੰਡਰਵੀਅਰ ਕਸ਼ਹਿਰਾ ਪੇਸਟ ਓਡੋਮੋਸ ਸਾਬਣ ਹਰ ਚੀਜ਼ ਜਿਵੇਂ ਲੋਈ ਇੱਕ ਹੋਰ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਅਸੀਂ ਜਿਹੜਾ ਇੱਕ ਇੰਜੈਕਟ ਨਵਾਂ ਸਟਾਰਟ ਕੀਤਾ ਹਾਂਜੀ ਫੁੱਟ ਮਸਾਜਰ ਦਾ ਕਿਉਂਕਿ ਜਿਹੜੇ ਕਿਸਾਨ ਵੀਰ ਨੇ ਕਿੰਨੇ ਕਿੰਨੇ ਕਿਲੋਮੀਟਰ ਚੱਲ ਕੇ ਆਏ ਨੇ ਔਰ ਲਗਾਤਾਰ ਉਹ ਕਹਿ ਲਓ ਰੈਸਟਲੈਸ ਹੈਗੇ ਨੇ ਔਰ ਉਹਨਾਂ ਲਈ ਅਸੀਂ ਸਿਰਫ ਇੱਕ 10 ਮਿੰਟ ਦਾ ਅਸੀਂ ਉਹਨਾਂ ਨੂੰ ਟਾਈਮ ਦਿੰਦੇ ਹਾਂ ਪਰ 10 ਮਿੰਟ ਵਿੱਚ ਉਹ ਇੰਨੇ ਫਰੈਸ਼ ਹੋ ਜਾਂਦੇ ਨੇ ਇਕੱਲੀ ਲੱਤਾਂ ਦੇ ਨਹੀਂ ਮਤਲਬ ਉਹ ਮੈਂਟਲੀ ਤੌਰ 'ਤੇ ਵੀ ਬਿਲਕੁਲ ਫਰੈਸ਼ ਹੋ ਜਾਂਦੇ ਨੇ ਹਾਂਜੀ ਅਤੇ ਇਹ ਫਿਰ ਕਿੰਨਾ ਟਾਈਮ ਚੱਲਦਾ ਹੈ ਇਹ ਸਵੇਰੇ ਅਸੀਂ 10 ਵਜੇ ਸ਼ੁਰੂ ਕਰਦੇ ਹਾਂ ਅਤੇ ਰਾਤੀ 8 ਵਜੇ ਤੱਕ ਜਿਹੜਾ ਕੰਟੀਨਿਊ ਰਹਿੰਦਾ ਅਤੇ ਹੋਰ ਕੀ ਸਰਵਿਸਿਜ਼ ਤੁਸੀਂ ਦੇ ਰਹੇ ਹੋ ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਕਹਿ ਲਓ ਤੁਹਾਨੂੰ ਦੱਸਿਆ ਕਿ ਇਸੈਂਸ਼ੀਅਲ ਨੀਡਸ ਦੇ ਨਾਲ ਨਾਲ ਇੱਥੇ ਇੱਕ ਦੋ ਹਾਦਸੇ ਇੱਦਾਂ ਦੇ ਹੋ ਗਏ ਜਿਹਦੇ ਵਿੱਚ ਇੱਕ ਲੜਕੇ ਦੀ ਡੈਥ ਵੀ ਹੋ ਗਈ ਅੱਗ ਲੱਗਣ ਕਰਕੇ ਉਹਦੇ ਵਿੱਚ ਅਸੀਂ ਫਾਇਰ ਐਕਸਟਿੰਗੁਇਸ਼ਰ ਅਸੀਂ ਉਹ ਜਿਹੜੇ ਡਿਸਟ੍ਰੀਬਿਊਟ ਕੀਤੇ ਟਰਾਲੀ ਵਾਈਜ਼ ਫਿਰ ਅਸੀਂ ਇੱਕ ਮੈਡੀਕਲ ਕਿੱਟ ਬਣਾਈ ਗਈ ਫਸਟ ਏਡ ਕਿੱਟ ਜਿਹਨੂੰ ਕਹਿੰਦੇ ਨੇ ਉਹ ਹਰ ਅਸੀਂ ਟਰਾਲੀ 'ਚ ਪ੍ਰੋਵਾਈਡ ਕਰਾਈ ਗਈ ਤਕਰੀਬਨ 15 ਟਰੱਕ ਅਸੀਂ ਹੁਣ ਤੱਕ ਗੱਦਿਆਂ ਔਰ ਕੰਬਲਾਂ ਦੇ ਜਿਹੜੇ ਉਹ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਇੱਕ ਅਸੀਂ ਪਿੱਛੇ ਰਹਿਣ ਬਸੇਰਾ ਬਣਾਇਆ ਸ਼ੈਲਟਰ ਹਾਊਸ ਬਣਾਇਆ ਉੱਥੇ 400 ਜਿਹੜੇ ਕਿਸਾਨ ਨੇ ਉੱਥੇ ਜਾ ਕੇ ਰਹਿੰਦੇ ਨੇ ਔਰ ਉਹਨਾਂ ਲਈ ਹਰ ਚੀਜ਼ ਉੱਥੇ ਨਾਲ ਪ੍ਰੋਵਾਈਡ ਕਰਾਈ ਜਾਂਦੀ ਹੈ ਚਾਹ ਪਾਣੀ ਦਾ ਲੰਗਰ ਹੈ ਰਹਿਣ ਦਾ ਪਾਣੀ ਦਾ ਨਹਾਉਣ ਧੋਣ ਦਾ ਉਹਨਾਂ ਉੱਥੇ ਹੈ ਈਵਨ ਇੱਥੋਂ ਤੱਕ ਕਿ ਉਹਨਾਂ ਲਈ ਗੀਜ਼ਰ ਪ੍ਰੋਵਾਈਡ ਕਰਾਏ ਗਏ ਨੇ ਹੈਗੇ ਦੇਸੀ ਗੀਜ਼ਰ ਨੇ ਬਟ ਉਹ ਬਹੁਤ ਵਧੀਆ ਇੰਸਟੈਂਟਲੀ ਉੱਥੇ ਪਾਣੀ ਗਰਮ ਨਾਲ ਦੇ ਨਾਲ ਹੀ ਹੋ ਜਾਂਦਾ ਵਿਦਇਨ ਮਿੰਟ ਔਰ ਉਹਨਾਂ ਲਈ ਮਸ਼ੀਨਾਂ ਨੇ ਕੱਪੜੇ ਧੋਣ ਲਈ ਉਹਨਾਂ ਨੇ ਜੇਕਰ ਕਹਿ ਲਓ ਬਹੁਤ ਜ਼ਿਆਦਾ ਕੱਪੜੇ ਨਹੀਂ ਕੋਈ ਲੈ ਕੇ ਆਏ ਇੱਕ ਦੋ ਸੂਟ ਲੈ ਕੇ ਆਏ ਨੇ ਕਿ ਉਹ ਆਪਣੇ ਕਲੋਥਸ ਵੀ ਜਿਹੜੇ ਨੇ ਉੱਥੇ ਉੱਥੇ ਨਾਲ ਨਾਲ ਵਾਸ਼ਿੰਗ ਕਰ ਸਕਦੇ ਨੇ ਔਰ ਇਹਦੇ ਨਾਲ ਸਾਡੇ ਤਰਪਾਲਾਂ ਆਉਂਦੇ ਨੇ ਇੱਕ ਸਾਡੇ ਕੋਲ ਪੂਰੀ ਲਿਸਟ ਲੱਗੀ ਹੋਈ ਹੈ ਸਾਰੇ ਦਿਨ ਦੇ ਵਿੱਚ ਅਸੀਂ ਕਿੱਦਾਂ ਕਿੱਦਾਂ ਜਿਹੜੀਆਂ ਨੇ ਕਿੱਦਾਂ ਕੀ ਚੀਜ਼ਾਂ ਅਸੀਂ ਡਿਸਟ੍ਰੀਬਿਊਟ ਕਰਦੇ ਹਾਂ ਉਹਦੀ ਪ੍ਰੋਪਰ ਅਸੀਂ ਟਾਈਮਿੰਗ ਬਣਾਤੀ ਹੈ ਤਾਂ ਕਿ ਕਿਸਾਨਾਂ ਨੂੰ ਜਾਂ ਸਾਨੂੰ ਵੀ ਜਿਹੜਾ ਨਾ ਉਹ ਥੋੜ੍ਹਾ ਅਸੀਂ ਟਾਈਮ ਦੇ ਸਕਦੇ ਹਾਂ ਅਦਰਵਾਈਜ਼ ਸਾਰਾ ਦਿਨ ਹੀ ਸਾਨੂੰ ਆਈ ਸਮਝ ਨਹੀਂ ਲੱਗਦੀ ਕਿ ਇਹਨੂੰ ਕਿਹੜੀ ਚੀਜ਼ ਚਾਹੀਦੀ ਇਹਦੇ ਨਾਲ 24/7 ਸਾਡੇ ਕੋਲ ਕਿਸੇ ਨੂੰ ਕੋਈ ਵੀ ਐਮਰਜੈਂਸੀ ਕੋਈ ਹੋਰ ਚੀਜ਼ ਚੱਪਲਾਂ ਦੀ ਲੋੜ ਹੈ ਲੋਹੇ ਦੀ ਲੋੜ ਹੈ ਬਲੈਂਕਟ ਲੋੜ ਹੈ ਉਹ ਹਰ ਚੀਜ਼ ਆ ਜਿਹੜੀ ਅਸੀਂ ਨਾਲ ਨਾਲ ਪ੍ਰੋਵਾਈਡ ਕਰ ਰਹੇ ਹਾਂ ਵੀ ਆਰ ਹੇਅਰ ਐਟ ਦ ਫੁੱਟ ਮਸਾਜ ਕੈਂਪ ਵਿਚ ਹੈਜ਼ ਬੀਨ ਸੈਟ ਅਪ ਬਾਈ ਖਾਲਸਾ ਏਡ ਐਂਡ ਐਜ਼ ਯੂ ਕੈਨ ਸੀ ਅ ਫੁੱਟ ਮਸਾਜ ਸੈਸ਼ਨ ਇਜ਼ ਗੋਇੰਗ ਔਨ ਸੋ ਵੀ ਵਿਲ ਟਾਕ ਟੂ ਦ ਐਲਡਰਲੀ ਪੀਪਲ ਹੂ ਆਰ ਟੇਕਿੰਗ ਦ ਮਸਾਜ ਸਰ ਤੁਸੀਂ ਕਿਹੜੇ ਪਿੰਡ ਆਏ ਹੋ ਅਸੀਂ ਮੋਹਾਲੀ ਜ਼ਿਲ੍ਹੇ ਤੋਂ ਪਿੰਡ ਜੰਗਪੁਰਾ ਮਨੋੜ ਦੇ ਨੇੜੇ ਤੋਂ ਆਏ ਜੀ ਤੁਹਾਨੂੰ ਫਿਰ ਇੱਥੇ ਕਿੱਦਾਂ ਲੱਗ ਰਿਹਾ ਹੁਣ ਆ ਕੇ ਬਹੁਤ ਵਧੀਆ ਵੀ ਲੱਗ ਰਿਹਾ ਬਾਕੀ ਜਿਹੜੇ ਕਾਨੂੰਨ ਤਿੰਨੇ ਕਾਨੂੰਨ ਮੋਦੀ ਨੇ ਪਾਸ ਕੀਤੇ ਇਹ ਬਹੁਤ ਗਲਤ ਵੀ ਹੈ ਉਹਨਾਂ ਕਰਕੇ ਸਾਨੂੰ ਇੱਥੇ ਸੜਕਾਂ 'ਤੇ ਆਉਣਾ ਪਿਆ ਅਸੀਂ ਲੰਗਰ ਲੈ ਕੇ ਆਏ ਜੀ ਲੰਗਰ ਲੱਗਿਆ ਵਾ ਕਈ ਪਿੰਡਾਂ ਦਾ ਸਾਂਝਾ ਲੰਗਰ ਲੈ ਕੇ ਆਏ ਅਸੀਂ ਕਾਨੂੰਨ ਰੱਦ ਹੋਵੇਗਾ ਤਾਂ ਅਸੀਂ ਜਾਵੇਂਗੇ ਨਹੀਂ ਇੱਥੇ ਹੀ ਤੁਹਾਨੂੰ ਇਹ ਖਾਲਸਾ ਏਡ ਵੱਲੋਂ ਇਹਨਾਂ ਦਾ ਪ੍ਰਬੰਧ ਕਿੱਦਾਂ ਦਾ ਲੱਗਿਆ ਬਹੁਤ ਜ਼ਿਆਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਬਹੁਤ ਹੀ ਵਧੀਆ ਬਜ਼ੁਰਗਾਂ ਵਾਸਤੇ ਖਾਸ ਕਰਕੇ ਅਸੀਂ ਲੰਗਰ ਲਾ ਕੇ 4 ਵਜੇ ਤੋਂ 8 ਵਜੇ ਥਕਾਵਟ ਹੋਈ ਵੀ ਸੀਗੀ ਇਸ ਕਰਕੇ ਅਸੀਂ ਇੱਥੇ ਆਏ ਹਾਂ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਖਾਲਸਾ ਏਡ ਵਾਲੇ ਸਾਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਤੁਸੀਂ ਆਹ ਮਸਾਜ ਪਹਿਲੀ ਵਾਰ ਲੈ ਰਹੇ ਹੋ ਨਹੀਂ ਜੀ ਦੂਜੀ ਵਾਰ ਲੈ ਰਹੇ ਹਾਂ ਅੱਜ ਅੱਛਾ ਪਰਸੋਂ ਲਈ ਸੀਗੀ ਅੱਜ ਤੀਜੇ ਦਿਨ ਲੈਣ ਲੱਗੇ ਅੱਛਾ ਅੱਛਾ ਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਇੱਥੇ ਸਾਨੂੰ ਹੋ ਗਏ ਅੱਜ 12 ਦਿਨ
ਵੀ ਆਪਦਾ ਲੀੜਾ ਕੱਪੜਾ ਲੈ ਕੇ ਆਏ ਜੇ ਕਿ ਚੀਜ਼ ਦੀ ਲੋੜ ਆ ਤਾਂ ਇੱਥੋਂ ਮਿਲ ਜਾਂਦੀ ਹੈ ਖਾਲਸਾ ਏਡ ਵਾਲੇ ਨੂੰ। ਹਾਂਜੀ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਪੇਸ਼ੀ? ਨਹੀਂ ਨਹੀਂ, ਕਮੀ ਪੇਸ਼ੀ ਕਿਸੇ ਚੀਜ਼ ਦੀ ਨਹੀਂ, ਵਾਧੂ ਖਾਣ ਪੀਣ ਨੂੰ ਜੋ ਕੋਈ ਚੀਜ਼ ਆ, ਬੁਰਸ਼ਾ ਟੂਟ ਪੇ ਨਹਾਉਣ ਧੋਣ, ਜੇ ਕੋਈ ਚੀਜ਼ ਦੀ ਲੋੜ ਆ ਤੁਹਾਨੂੰ ਕਹਾਂ ਵੀ ਇੱਥੋਂ ਹਰ ਥਾਵਾਂ ਤੋਂ ਮਿਲ ਗਿਆ, ਹੋਰ ਵੀ ਕਈ ਥਾਈਂ ਲੰਗਰ ਲੱਗੇ ਆ ਵੀ ਹਰੇਕ ਚੀਜ਼ ਇੱਥੋਂ ਮਿਲ ਜਾਂਦੀ ਹੈ ਜੇ ਕਿਹਨੂੰ ਲੋੜ ਆ ਤਾਂ। ਤੁਸੀਂ ਆਪਦੇ ਟੱਬਰ 'ਚੋਂ ਇਕੱਲੇ ਆਏ ਹੋ ਜਾਂ? ਹਾਂਜੀ, ਮੈਂ ਇਕੱਲਾ ਆਇਆ, ਛੋਟਾ ਭਾਈ ਘਰੇ ਆ, ਬੱਚੇ ਮੇਰੇ ਘਰੇ ਆ।